ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸਿੱਖ ਜਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੇ ਭਰਮ ਨਾ ਹੋਈ, ਭਰਮ ਭੇਖਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਗੁਰੂ ਸਾਹਿਬ ਨੇ ਖਾਲਸੇ ਨੂੰ ਖਾਸ ਬਣਾਇਆ ਅਤੇ ਆਪਣੇ ਗੁਣ ਬਖਸ਼ੇ। 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਸਾਰੇ ਊਚ ਨੀਚ ਭੇਦਭਾਵ ਮਿਟਾ ਕੇ ਸਾਰੀ ਕੌਮ ਨੂੰ ਨੀਲੇ ਨਿਸ਼ਾਨ ਸਾਹਿਬ ਥੱਲੇ ਇਕੱਠਾ ਕੀਤਾ। ਇਹ ਨੀਲੇ ਨਿਸ਼ਾਨ ਸਾਹਿਬਾਂ ਦੀ ਗੱਲ ਸਾਨੂੰ ਪੁਰਾਤਨ ਗ੍ਰੰਥਾਂ ਵਿੱਚੋਂ ਮਿਲਦੀ ਹੈ। ਪੁਰਾਤਨ ਗ੍ਰੰਥਾਂ ਨੂੰ ਵਾਚਿਆਂ ਪਤਾ ਚੱਲਦਾ ਹੈ ਕਿ ਸਿੰਘਾਂ ਦੇ ਨਿਸ਼ਾਨ ਸਾਹਿਬਾਂ ਦਾ ਰੰਗ ਨੀਲਾ ਹੀ ਹੋਇਆ ਕਰਦਾ ਸੀ। ਨੀਲਾ ਜਾਂ ਬਸੰਤੀ ਸਾਡੀ ਰਹਿਤ ਸਿੱਖ ਪ੍ਰਵਾਨਿਤ ਰਹਿਤ ਮਰਿਆਦਾ ਵਿੱਚ ਵੀ ਸੁਰਮਈ ਜਾਂ ਬਸੰਤੀ ਰੰਗ ਨੂੰ ਹੀ ਪ੍ਰਵਾਨਿਤ ਕੀਤਾ ਗਿਆ ਹੈ। ਪੁਰਾਣੇ ਗ੍ਰੰਥਾਂ ਦੇ ਹਵਾਲੇ ਜਿਨ੍ਹਾਂ ਵਿੱਚ ਭੱਟ ਵਹੀਆਂ, ਗੁਰੂ ਕੀਆਂ ਸਾਖੀਆਂ, ਬੰਸ਼ਾਵਲੀ ਕੇਸਰ ਸਿੰਘ ਛਿੱਬਰ, ਮਹਿਮਾ ਪ੍ਰਕਾਸ਼, ਸਰੂਪ ਸਿੰਘ ਭੱਲਾ, ਸ਼ਹੀਦ ਬਿਲਾਸ, ਸਭ ਤੋਂ ਵੱਡੀ ਉਦਾਹਰਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਮਿਲਦੀ ਹੈ, ਜਿੱਥੇ ਸ਼ਬਦ ਆਉਂਦਾ ਹੈ, ਜੋ ਉਪਜਿਓ ਸਿੰਘ ਭਚੰਗੀਏ ਨੀਲ ਅੰਬਰ ਧਾਰਾ। ਇਹਨਾਂ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਸਾਡੇ ਨਿਸ਼ਾਨਾਂ ਦੇ ਰੰਗ ਨੀਲੇ ਰਹੇ ਹਨ ਅਤੇ ਖਾਲਸੇ ਨੇ ਹਮੇਸ਼ਾ ਨੀਲੇ ਰੰਗ ਨੂੰ ਹੀ ਅਹਿਮੀਅਤ ਦਿੱਤੀ ਹੈ। ਜਿਨ੍ਹਾਂ ਦਾ ਪ੍ਰਤੱਖ ਪ੍ਰਮਾਣ ਅੱਜ ਵੀ ਨਿਹੰਗਾ ਸਿੰਘਾਂ ਦੇ ਥਾਵਾਂ ਦੇ ਉੱਤੇ ਗੁਰਦੁਆਰਿਆਂ ਦੇ ਉੱਤੇ ਨੀਲੇ ਹੀ ਨਿਸ਼ਾਨ ਝੁਲਦੇ ਹਨ, ਕਿਉਂਕਿ ਨਿਹੰਗਾ ਸਿੰਘਾਂ ਦੇ ਉੱਤੇ ਕਿਸੇ ਸਰਕਾਰ ਦਾ ਦਬਾਅ ਕਦੇ ਨਹੀਂ ਰਿਹਾ। ਜਦੋਂ ਸਿੰਘ ਜੰਗਲਾਂ ਦੇ ਵਿੱਚ ਪੁਰਾਤਨ ਸਮੇਂ ਵਿੱਚ ਜੰਗਲਾਂ ਚਲੇ ਗਏ ਅਤੇ ਆਪਣੇ ਗੁਰਦੁਆਰੇ ਮਹੰਤਾਂ ਦੇ ਹੱਥ ਆ ਗਏ, ਉਦਾਸੀ ਮਹੰਤਾਂ ਦੇ ਹੱਥ। ਸੋ ਹੌਲੀ ਹੌਲੀ ਕਰਕੇ ਇਹਨਾਂ ਦਾ ਭਗਵਾਕਰਨ ਕੀਤਾ ਗਿਆ। ਭਗਵੇਂ ਤੋਂ ਕੇਸਰੀ ਨਿਸ਼ਾਨ ਸਾਡੇ ਚਾਹੇ, ਪਰ ਪੁਰਾਣੇ ਗ੍ਰੰਥਾਂ 'ਚੋਂ ਇਹੀ ਸਬੂਤ ਮਿਲਦੇ ਹਨ ਕਿ ਸਾਡਾ ਨਿਸ਼ਾਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਨੀਲੇ ਨਿਸ਼ਾਨ ਹੀ ਚੜ੍ਹਾਏ ਸਨ। ਸੋ ਆਓ ਸਾਰੇ ਆਪਾਂ ਫਿਰ ਨੀਲੇ ਨਿਸ਼ਾਨ ਥੱਲੇ ਇਕੱਠੇ ਹੋਈਏ ਅਤੇ ਇਸ ਵਾਰ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਖਾਲਸਾ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਅੱਜ ਦਾ ਦੀਵਾਨ ਇੱਥੇ ਗੁਰਦੁਆਰਾ ਸਾਹਿਬ ਵਿੱਚ ਔਨਲਾਈਨ ਚੱਲ ਰਿਹਾ ਹੈਗਾ, ਕਿਉਂਕਿ COVID-19 ਦੇ ਮਹਾਂਮਾਰੀ ਦੇ ਚੱਲਦੇ ਹੋਏ ਗੈਦਰਿੰਗ 'ਤੇ ਜਿਹੜੀ ਹੈਗੀ ਆ ਪਾਬੰਦੀ ਲੱਗੀ ਹੋਈ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਔਨਲਾਈਨ ਦੀਵਾਨ ਦਾ ਆਨੰਦ ਮਾਣ ਰਹੇ ਹੋਣਗੇ। ਅੱਜ ਦਾ ਦਿਹਾੜਾ ਸਿੱਖ ਪੰਥ ਲਈ ਬਹੁਤ ਹੀ ਅਹਿਮ ਦਿਹਾੜਾ ਹੈਗਾ। ਇਹਦੇ ਵਿੱਚ ਜੇ ਇੱਕ ਵਿਸਾਖ ਦੀ ਗੱਲ ਕਰੀਏ, ਗੁਰੂ ਨਾਨਕ ਪਾਤਸ਼ਾਹ ਦਾ ਜਨਮ ਵੀ ਇੱਕ ਵਿਸਾਖ ਦਾ ਮੰਨਿਆ ਗਿਆ ਹੈਗਾ, ਅਤੇ ਉਹਦੀਆਂ ਵੀ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਅਤੇ ਉਦੋਂ ਇਹ ਕਿਹਾ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ, ਜਬਲਕ ਖਾਲਸਾ ਰਹੇ ਨਿਆਰਾ, ਤਬਲਕ ਤੇਜ ਦਿਉ ਮੈਂ ਸਾਰਾ। ਇਸ ਚੀਜ਼ ਨੂੰ ਮਤਲਬ ਇਹ ਹੈਗਾ ਹੈ ਕਿ ਖਾਲਸੇ ਨੇ ਹਮੇਸ਼ਾ ਨਿਆਰੇ ਰਹਿਣਾ ਹੈਗਾ। ਜਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਜੇ ਅਸੀਂ ਗੁਰੂ ਸਾਹਿਬ ਨੂੰ ਆਪਦਾ ਗੁਰੂ ਮੰਨਦੇ ਹਾਂ ਅਤੇ ਖਾਲਸਾ ਪੰਥ ਦੇ ਅਸੀਂ ਮੈਂਬਰ ਹੈਗੇ ਹਾਂ, ਤਾਂ ਫਿਰ ਸਾਨੂੰ ਨਿਆਰੇ ਰਹਿਣਾ ਬਹੁਤ ਜ਼ਰੂਰੀ ਹੈਗਾ। ਇਸੀ ਨਿਆਰੇਪਣ ਨੂੰ ਪਿਛਲੇ ਕੁਛ ਸਮੇਂ ਦੇ ਵਿੱਚ ਢਾਹ ਲੱਗਦੀ ਰਹੀ ਹੈਗੀ ਹੈ, ਉਹਦਾ ਨਿਆਰਾਪਣ ਖਤਮ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ। ਸਾਡੇ ਨਿਸ਼ਾਨ ਸਾਹਿਬ ਵੀ ਬਦਲੇ ਗਏ, ਉਹਨਾਂ ਦੇ ਰੰਗ ਵੀ ਬਦਲੇ ਗਏ। ਅੰਗਰੇਜ਼ਾਂ ਨੇ ਇਹਨਾਂ ਦਾ ਰੰਗ ਨਿਸ਼ਾਨ ਸਾਹਿਬ ਦਾ ਬਦਲ ਕੇ ਬਸੰਤੀ ਕਰ ਦਿੱਤਾ, ਫਿਰ ਉਸ ਤੋਂ ਬਾਅਦ ਜਿਹੜੇ ਨਿਰਮਲੇ ਅਤੇ ਦੂਸਰੇ ਆਏ ਉਦਾਸੀ, ਉਹਨਾਂ ਨੇ ਗੁਰਦੁਆਰਾ ਸਾਹਿਬਾਂ 'ਤੇ ਕਬਜ਼ੇ ਕਰ ਲਏ, ਫਿਰ ਹੌਲੀ ਹੌਲੀ ਇਹਦਾ ਰੰਗ ਭਗਵਾਂ ਹੋ ਗਿਆ, ਯਾਨੀ ਜਿਹਨੂੰ ਕੇਸਰੀ ਕਹਿੰਦੇ ਹੈਗੇ ਆ। ਲੇਕਿਨ ਜੇ ਇਤਿਹਾਸ ਨੂੰ ਦੇਖੀਏ ਤਾਂ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਹਮੇਸ਼ਾ ਨੀਲਾ ਸੀਗਾ, ਅਤੇ ਜਿਹੜੇ ਨਿਹੰਗ ਸਿੰਘ ਹੈਗੇ ਆ, ਇੱਕ ਸਾਨੂੰ ਬਹੁਤ ਵੱਡੀ ਇੱਕ ਚੀਜ਼ ਮਿਲਦੀ ਹੈਗੀ ਹੈ, ਨਿਹੰਗ ਸਿੰਘਾਂ ਨੇ ਕਦੇ ਵੀ ਅੰਗਰੇਜ਼ਾਂ ਦੀ ਈਨ ਨਹੀਂ ਮੰਨੀ ਸੀਗੀ, ਅਤੇ ਉਹਨਾਂ ਦੇ ਗੁਰਦੁਆਰੇ ਜਿੱਥੇ ਵੀ ਸਨ ਉਹਨਾਂ ਦੇ ਨਿਸ਼ਾਨ ਜਿਹੜੇ ਹੈਗੇ ਆ ਉਹ ਅੱਜ ਵੀ ਤੁਸੀਂ ਦੇਖੋਗੇ ਕਿ ਨੀਲੇ ਹੈਗੇ ਆ। ਵੀ ਜਦੋਂ ਸਮਾਂ ਸੌਖਾ ਚੱਲ ਰਿਹਾ ਹੁੰਦਾ ਹੈ ਉਦੋਂ ਕੋਈ ਇਹੋ ਜਿਹੀਆਂ ਪ੍ਰੋਬਲਮਾਂ ਨਹੀਂ ਹੁੰਦੀਆਂ, ਲੇਕਿਨ ਜੇ ਆਪਾਂ ਪਿਛਲੇ ਸਮਿਆਂ ਤੋਂ ਲੈ ਕੇ ਦੇਖੀਏ ਕਿ ਸਿੱਖ ਪੰਥ ਨਾਲ ਕਾਫੀ ਵਧੀਕੀਆਂ ਹੁੰਦੀਆਂ ਗਈਆਂ, ਅਤੇ ਸਿੱਖ ਪੰਥ ਨੂੰ ਦੂਸਰੇ ਜਿਹੜੇ ਮਜੋਰਿਟੀ ਹੈਗੇ ਆ ਉਹ ਆਪਦੇ ਵਿੱਚ ਰਲਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਇਸ ਟਾਈਮ ਸਾਨੂੰ ਨਿਆਰੇ ਹੋਣ ਦੀ ਲੋੜ ਹੈਗੀ ਹੈ,
ਅਤੇ ਬਹੁਤ ਚਿਰ ਤੋਂ ਡਿਮਾਂਡ ਸੀਗੀ ਕਿ ਅਸੀਂ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈਗਾ ਇੱਥੇ ਉਹ ਬਦਲ ਕੇ ਨੀਲਾ ਕਰੀਏ, ਪਰੰਪਰਾ ਜਿਹੜੀ ਸਾਡੀ ਸਿੱਖਾਂ ਦੀ ਅਸਲ ਹੈਗੀ ਹੈ। ਸੋ ਐਤਕੀ ਸੰਗਤਾਂ ਦੇ ਸਹਿਯੋਗ ਨਾਲ, ਸਾਰੀ ਕਮੇਟੀ ਦੇ ਸਹਿਯੋਗ ਦੇ ਨਾਲ ਨਿਸ਼ਾਨ ਸਾਹਿਬ ਜਿਹੜਾ ਹੈਗਾ ਨੀਲੇ ਰੰਗ ਦਾ ਚੜਾਇਆ ਗਿਆ ਹੈ। ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਅੰਮ੍ਰਿਤ ਛਕੋ, ਨਾਮ ਜਪੋ, ਵੰਡ ਛਕੋ, ਖਾਲਸੇ ਦੇ ਜਿਹੜੇ ਉੱਚੇ ਸੁੱਚੇ ਆਦਰਸ਼ ਹੈਗੇ ਉਹਨਾਂ 'ਤੇ ਚੱਲ ਕੇ ਆਪਦਾ ਜੀਵਨ ਬਤੀਤ ਕਰੋ, ਤਾਂ ਹੀ ਸਾਨੂੰ ਇਹ ਜਿਹੜੇ ਦਿਹਾੜੇ ਹੈਗੇ ਮਨਾਉਣ ਦਾ ਕੋਈ ਫਾਇਦਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।